ਜੋ ਕਿਸਾਨਾਂ ਨੂੰ ਅੱਤਵਾਦੀ ਕਹਿੰਦੇ ਨੇ ਅੱਜ ਉਹਨਾਂ ਦੇ ਵਾਸਤੇ ਬੜਾ ਵੱਡਾ ਝਟਕਾ ਹੈ। ਉਹ ਇਹਦੀ ਸੋਚ ਹੈ ਕੰਗਣਾ ਦੀ ਉਹ ਲਗਾਤਾਰ ਕਿਸਾਨਾਂ ਦੇ ਖਿਲਾਫ ਔਰ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਣ ਵਾਲੀ ਰਹੀ ਹੈ। ਧੰਨਵਾਦ ਵੀ ਕਰਨੇ ਆ ਟਵਿੱਟਰ ਦੇ MD ਦਾ ਕਿ ਜਿਨ੍ਹਾਂ ਨੇ ਸਾਡੀ ਇਸ ਸ਼ਿਕਾਇਤ ਦੇ ਉੱਤੇ ਇਹ ਵੱਡੀ ਕਾਰਵਾਈ ਕੀਤੀ ਹੈ। ਉਸ ਤੋਂ ਇਹ ਗੱਲ ਸਾਫ਼ ਹੈ ਕਿ ਇਹਨੇ ਸੈਂਟੀਮੈਂਟ ਜਿਹੜੇ ਨੇ ਕੰਗਣਾ ਨੇ ਹਰਟ ਕੀਤੇ ਨੇ। ਕੰਗਣਾ ਰਣੌਤ ਦੇ ਦੋ ਟਵੀਟ ਜਿਹੜੇ ਨੇ ਉਹ ਡਿਲੀਟ ਕਰ ਦਿੱਤੇ ਨੇ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਜੋ ਮੀਡੀਆ ਨੂੰ ਇੱਥੇ ਬੁਲਾਇਆ ਹੈ, ਜੋ ਤਕਲੀਫ ਦਿੱਤੀ ਹੈ, ਉਸ ਦੇ ਪਿੱਛੇ ਬੜਾ ਵੱਡਾ ਕਾਰਨ ਹੈ। ਕੱਲ੍ਹ ਜਾਗੋ ਪਾਰਟੀ ਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀ ਕੇ ਵੱਲੋਂ ਇੱਕ ਲੀਗਲ ਨੋਟਿਸ ਆਪਣੇ ਵਕੀਲ ਸਾਹਿਬ ਸਰਦਾਰ ਨਗਿੰਦਰ ਸਿੰਘ ਬੇਨੀਪਾਲ ਵੱਲੋਂ ਕੰਗਣਾ ਰਣੌਤ ਦੇ ਜਿਹੜੇ ਟਵੀਟ ਸੀ ਉਸ ਨੂੰ ਲੈ ਕੇ ਟਵਿੱਟਰ ਨੂੰ ਭੇਜਿਆ ਗਿਆ ਸੀ ਔਰ ਅੱਜ ਟਵਿੱਟਰ ਨੇ ਉਸ 'ਤੇ ਵੱਡੀ ਕਾਰਵਾਈ ਕਰਦੇ ਹੋਏ, ਹਾਲਾਂਕਿ ਅਸੀਂ ਜਿਹੜੀ ਡਿਮਾਂਡ ਕੀਤੀ ਸੀ ਉਹ ਡਿਮਾਂਡ ਸਾਡੀ ਇਹ ਸੀ ਕਿ ਜੋ ਇਹਦੇ ਪਰਮਾਨੈਂਟ ਦਾ ਅਕਾਊਂਟ ਬੰਦ ਕਰ ਦਿੱਤਾ ਜਾਏ, ਪਰ ਫਿਲਹਾਲ ਫੌਰੀ ਤੌਰ ਦੇ ਉੱਪਰ ਟਵਿੱਟਰ ਨੇ ਇਸ ਦੇ ਦੋ ਟਵੀਟ ਜਿਹੜੇ ਨੇ ਉਹ ਡਿਲੀਟ ਕਰ ਦਿੱਤੇ ਨੇ, ਜਿਸ ਦੇ ਵਿੱਚ ਉਹ ਕੱਲ੍ਹ ਵਾਲਾ ਟਵੀਟ ਵੀ ਹੈ ਜੋ ਉਹਨੇ ਰਿਹਾਨਾ ਨੂੰ ਰਿਪਲਾਈ ਕਰਦੇ ਹੋਏ ਕੀਤਾ ਸੀ ਔਰ ਕਿਸਾਨਾਂ ਨੂੰ ਅੱਤਵਾਦੀ ਦੱਸਿਆ ਸੀ। ਔਰ ਬੜੀ ਆਪਣੇ ਆਪ ਨੂੰ ਇਸ ਗੱਲ ਦੇ ਉੱਤੇ ਕਹਿੰਦੀ ਹੈ ਕਿ ਮੈਂ ਰਾਈਟ ਵਿੰਗ, ਮੇਰੇ ਫੋਲੋਅਰ ਨੇ ਔਰ ਮੇਰੇ ਰਾਈਟ ਵਿੰਗ ਦੀ ਮੈਂ ਫੈਨ ਹੈਗੀ ਹਾਂ, ਮੈਂ ਸਟਾਰ ਹੈਗੀ ਹਾਂ ਔਰ ਆਪਣੇ ਆਪ ਨੂੰ ਬਹੁਤ ਵਧਾ ਚੜਾ ਕੇ ਗੱਲਾਂ ਕਰਦੀ ਹੈ, ਪਰ ਕਿਤੇ ਨਾ ਕਿਤੇ ਜੋ ਅੱਜ ਇਹਦੇ ਨਾਲ ਟਵਿੱਟਰ ਨੇ ਜੋ ਇਹਦੇ ਨਾਲ ਕੀਤਾ ਹੈ, ਅਸੀਂ ਉਸਦੇ ਸੰਤੋਸ਼ ਜ਼ਰੂਰ ਜਤਾ ਸਕਦੇ ਹਾਂ ਔਰ ਧੰਨਵਾਦ ਵੀ ਕਰਨੇ ਆ ਟਵਿੱਟਰ ਦੇ MD ਦਾ ਕਿ ਜਿਨ੍ਹਾਂ ਨੇ ਸਾਡੀ ਇਸ ਸ਼ਿਕਾਇਤ ਦੇ ਉੱਤੇ ਇਹ ਵੱਡੀ ਕਾਰਵਾਈ ਕੀਤੀ ਹੈ। ਹੁਣ ਇੱਕ ਗੱਲ ਤਾਂ ਕਲੀਅਰ ਹੋ ਗਈ ਹੈ ਕਿ ਜੋ ਟਵਿੱਟਰ ਨੇ ਕਾਰਵਾਈ ਕੀਤੀ ਹੈ ਉਸ ਤੋਂ ਇਹ ਗੱਲ ਸਾਫ਼ ਹੈ ਕਿ ਇਹਨੇ ਸੈਂਟੀਮੈਂਟ ਜਿਹੜੇ ਨੇ ਕੰਗਣਾ ਨੇ ਹਰਟ ਕੀਤੇ ਨੇ ਔਰ ਇਸ ਗੱਲ ਦੇ ਉੱਤੇ ਅਸੀਂ ਉਹਨੂੰ ਆਪਣੀ ਸੰਗਿਆਨ ਲੈਂਦੇ ਹੋਏ ਹੁਣ ਜਾਗੋ ਪਾਰਟੀ ਵੱਲੋਂ ਅੱਜ ਇਹਦੇ ਖਿਲਾਫ਼ ਇੱਕ ਕ੍ਰਿਮੀਨਲ ਕੰਪਲੇਂਟ ਦੇਣ ਜਾ ਰਹੇ ਹਾਂ ਥਾਣੇ ਦੇ ਵਿੱਚ ਔਰ ਉਹਦੇ ਵਿੱਚ ਅਸੀਂ ਜਿਹੜੇ ਇਹਨੇ ਸਾਡੇ ਸੈਂਟੀਮੈਂਟ ਹਰਟ ਕੀਤੇ ਨੇ, ਅੱਤਵਾਦੀ ਦੱਸਿਆ, ਵੱਖਵਾਦੀ ਦੱਸਿਆ ਔਰ ਦੇਸ਼ ਨੂੰ ਤੋੜਨ ਵਾਲੀ ਤਾਕਤਾਂ ਦੇ ਨਾਲ ਸਾਨੂੰ ਜੋੜਿਆ, ਅਸੀਂ ਉਸ ਨੂੰ ਲੈ ਕੇ ਇਹਦੇ ਖਿਲਾਫ਼ ਮੁਕਦਮਾ ਦਰਜ ਕਰਾਵਾਂਗੇ ਔਰ ਉਦੋਂ ਜਿਹੜਾ ਵੀ ਇਸਦਾ ਇੰਜਾਮ ਹੈ ਇਹਨੂੰ ਪਹੁੰਚਾਵਾਂਗੇ। ਜਿੱਥੇ ਤੱਕ ਟਵਿੱਟਰ ਦਾ ਸਵਾਲ ਹੈ, ਟਵਿੱਟਰ ਦੀ ਬੜੀ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਜੋ ਸੋਸ਼ਲ ਮੀਡੀਆ ਇਸ ਟਾਈਮ ਬਹੁਤ ਵੱਡਾ ਇੱਕ ਹਥਿਆਰ ਹੈ ਪ੍ਰਚਾਰ ਦਾ ਔਰ ਸੋਸ਼ਲ ਮੀਡੀਆ ਇੱਕ ਪ੍ਰਚਾਰ ਦਾ ਹਥਿਆਰ ਹੋਣ ਦੇ ਕਾਰਨ ਜਿੱਥੇ ਉਹ ਨਕਾਰਾਤਮਕ ਪ੍ਰਚਾਰ ਕਰਦਾ ਉੱਥੇ ਸਕਾਰਾਤਮਕ ਪ੍ਰਚਾਰ ਦਾ ਵੀ ਵੱਡਾ ਕਾਰਨ ਹੈ। ਪਰ ਜਿਸ ਤਰੀਕੇ ਨਾਲ ਲਗਾਤਾਰ ਕੰਗਣਾ ਇਸਦਾ ਮਿਸਯੂਜ਼ ਕਰ ਰਹੀ ਸੀ, ਅੱਜ ਉਹਨੂੰ ਜ਼ਰੂਰ ਥੋੜ੍ਹਾ ਜਿਹਾ ਅਸਰ ਹੋਇਆ ਹੋਏਗਾ ਕਿ ਉਹਦੇ ਦੋ ਟਵੀਟ ਆਪਣੇ ਆਪ ਉਹਨਾਂ ਨੇ ਟਵਿੱਟਰ ਨੇ ਸਾਡੇ ਲੀਗਲ ਨੋਟਿਸ ਭੇਜਣ ਤੋਂ ਬਾਅਦ ਡਿਲੀਟ ਕੀਤੇ ਨੇ ਔਰ ਇਸ ਜਿਹੜੀ ਕਾਰਵਾਈ ਦਾ ਜਿੱਥੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਉੱਥੇ ਅਸੀਂ ਬਾਕੀ ਲੋਕਾਂ ਨੂੰ ਵੀ ਸੁਚੇਤ ਕਰਨੇ ਆ ਕਿ ਐਸੇ ਜ਼ਹਿਰ ਉਗਲਣ ਵਾਲੀ ਸ਼ਖਸੀਅਤਾਂ ਦੇ ਬਾਰੇ, ਐਸੇ ਲੋਕਾਂ ਦੀਆਂ ਹਰਕਤਾਂ ਦੇ ਬਾਰੇ ਜਾਗੋ ਪਾਰਟੀ ਨੂੰ ਜ਼ਰੂਰ ਸੂਚਨਾ ਦੇਣ ਔਰ ਅਸੀਂ ਆਪਣੇ ਤੌਰ ਦੇ ਉੱਤੇ ਇਸ ਦੇ ਉੱਤੇ ਸਾਰੀ ਨਜ਼ਰ ਰੱਖ ਰਹੇ ਹਾਂ। ਇਸ ਤੋਂ ਪਹਿਲੇ ਅਸੀਂ ਅੱਜ ਤੱਕ ਵੱਲੋਂ ਜੋ ਇੱਕ ਝੂਠੀ ਖਬਰ, ਇੱਕ ਫੇਕ ਖਬਰ ਚਲਾਈ ਗਈ ਸੀ ਉਸ ਦੇ ਉੱਤੇ ਜਾ ਕੇ ਅਸੀਂ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਔਰ ਹਾਈਕੋਰਟ ਨੇ ਉਸ ਤੇ ਨੋਟਿਸ ਵੀ ਜਾਰੀ ਕੀਤਾ ਔਰ ਅੱਜ ਤੱਕ ਨੂੰ ਸਵਾਲ ਵੀ ਪੁੱਛਿਆ ਕਿ ਤੁਸੀਂ ਇਹ ਕਿਵੇਂ ਖਬਰ ਚਲਾਈ ਹੈ, ਤੁਹਾਡੇ ਕੋਲ ਸੋਰਸ ਕੀ ਨੇ, ਕਿਵੇਂ ਕਿਹੜੇ ਤਰੀਕੇ ਨਾਲ ਤੁਸੀਂ ਇਹ ਖਬਰ ਚਲਾਈ ਹੈ। ਇਸ ਵਾਸਤੇ ਸਾਨੂੰ ਸਾਰਿਆਂ ਨੂੰ ਇਸ ਮਸਲੇ ਦੇ ਉੱਤੇ ਜਾਗਰੂਕ ਹੋਣ ਦੀ ਲੋੜ ਹੈ ਔਰ ਜਿਸ ਤਰੀਕੇ ਨਾਲ ਮਾਹੌਲ ਖਰਾਬ ਕੀਤਾ ਜਾ ਰਿਹਾ ਔਰ ਸਿੱਖਾਂ ਨੂੰ ਅੱਤਵਾਦੀ, ਵੱਖਵਾਦੀ ਦੱਸਣ ਦੀ ਜੋ ਇੱਕ ਸਾਜ਼ਿਸ਼ ਵੱਡੇ ਪੱਧਰ ਤੇ ਹੋ ਰਹੀ ਹੈ ਉਸ ਦਾ ਪਰਦਾਫਾਸ਼ ਕਰਨਾ ਜ਼ਰੂਰੀ ਹੈ ਔਰ ਦੇਸ਼ ਦਾ ਕਾਨੂੰਨ, ਦੇਸ਼ ਦਾ ਸੰਵਿਧਾਨ ਸਾਨੂੰ ਇੱਕ ਕਾਨੂੰਨ ਪਸੰਦ ਨਾਗਰਿਕ ਦੇ ਤੌਰ ਤੇ ਜਾਣਦਾ ਹੈ ਔਰ ਜਿੰਨੇ ਕੁ ਅਖਤਿਆਰ ਕਾਨੂੰਨ ਔਰ ਸੰਵਿਧਾਨ ਨੇ ਬਾਕੀ ਨਾਗਰਿਕਾਂ ਨੂੰ ਦਿੱਤੇ ਨੇ ਉਨੇ ਕੁ ਸਾਡੇ ਕੋਲ ਵੀ ਨੇ। ਇਸ ਕਰਕੇ ਅਸੀਂ ਜਾਗਰੂਕ ਹੋਈਏ ਔਰ ਆਪਣੇ ਕਾਨੂੰਨ ਦੇ ਅਧਿਕਾਰਾਂ ਨੂੰ ਪਛਾਣੀਏ, ਆਪਣੀ ਜ਼ਿੰਮੇਵਾਰੀ ਨੂੰ ਪਛਾਣੀਏ। ਨਾਲ ਹੀ ਅਸੀਂ ਸਾਰੇ ਨੌਜਵਾਨਾਂ ਨੂੰ ਬਾਰ ਬਾਰ ਅਪੀਲ ਕਰਦੇ ਰਹੇ ਹਾਂ ਕਿ ਤੁਸੀਂ ਆਪਣਾ ਸੋਸ਼ਲ ਮੀਡੀਆ ਦੇ ਉੱਤੇ ਕੋਈ ਐਸੀ ਭੜਕਾਟ ਵਾਲੀ ਜਾਂ ਕੋਈ ਐਸੀ ਗੱਲ ਨਾ ਕਰੋ ਜਿਸ ਦੇ ਨਾਲ ਮਾਹੌਲ ਤਣਾਅ ਪੈਦਾ ਹੋਏ ਜਾਂ ਸਿੱਖਾਂ ਦੇ ਖਿਲਾਫ਼ ਕੋਈ ਗੱਲ ਕਹਿਣ ਦਾ ਕਿਸੇ ਨੂੰ ਆਪਣੀ ਮੌਕਾ ਮਿਲੇ। ਇਸ ਵਾਸਤੇ ਵਿਵੇਕ ਨਾਲ ਸੋਚ ਕੇ ਸਮਝ ਕੇ ਆਪਾਂ ਸਾਰੀ ਆਪਣੀ ਗੱਲਾਂ ਕਰੀਏ, ਪਰ ਜੋ ਇਹ ਏਜੰਡਾ ਚਲਾਉਂਦੇ ਨੇ, ਜੋ ਸਾਨੂੰ ਗਲਤ ਸਾਬਤ ਕਰਨ ਤੇ ਲੱਗੇ ਹੋਏ ਨੇ, ਜੋ ਕਿਸਾਨਾਂ ਨੂੰ ਅੱਤਵਾਦੀ ਕਹਿੰਦੇ ਨੇ, ਅੱਜ ਉਹਨਾਂ ਦੇ ਵਾਸਤੇ ਬੜਾ ਵੱਡਾ ਝਟਕਾ ਹੈ। ਮੇਰੇ ਨਾਲ ਸਾਡੇ ਵਕੀਲ ਸਾਹਿਬ ਨਗਿੰਦਰ ਸਿੰਘ ਬੇਨੀਪਾਲ ਜੀ ਵੀ ਨਾਲ ਨੇ ਔਰ ਜੋ ਅਸੀਂ ਅੱਜ ਦੀ ਜੋ ਕਾਰਵਾਈ ਹੈ ਟਵਿੱਟਰ ਦੀ ਉਹ ਤੁਹਾਨੂੰ ਦੱਸਾਂਗੇ, ਨਾਲ ਹੀ ਜਿਹੜੀ ਅਸੀਂ ਕੰਪਲੇਂਟ ਫਾਈਲ ਕਰਨ ਜਾ ਰਹੇ ਹਾਂ ਜਾਗੋ ਪਾਰਟੀ ਵੱਲੋਂ ਕ੍ਰਿਮੀਨਲ ਕੰਪਲੇਂਟ ਕੰਗਣਾ ਰਣੌਤ ਦੇ ਖਿਲਾਫ਼, ਉਹਦੇ ਬਾਰੇ ਵੀ ਆਪ ਸਭ ਜੀ ਨੂੰ ਜਾਣਕਾਰੀ ਦੇਣਗੇ ਨਗਿੰਦਰ ਬੇਨੀਪਾਲ ਜੀ। ਅੱਜ ਇੱਕ ਬਹੁਤ ਵੱਡਾ ਕਦਮ ਟਵਿੱਟਰ ਨੇ ਚੁੱਕਿਆ ਹੈ ਜਿਹੜੇ ਕੰਗਣਾ ਰਣੌਤ ਦੇ, ਜਿੱਥੇ ਉਹ ਇੱਕ ਪਾਰਟਿਕੂਲਰ ਕਮਿਊਨਿਟੀ ਨੂੰ ਟੈਰਰਿਸਟ ਕਹਿ ਰਹੀ ਸੀ, ਉਹ ਉਹਨਾਂ ਨੇ ਉਹਦਾ ਟਵੀਟ ਡਿਲੀਟ ਕੀਤਾ। ਇਹਦੇ ਵਿੱਚ ਮੈਂ ਕਹਿੰਦਾ ਕਿ ਇਹ ਕਾਨੂੰਨ ਦੀ, ਭਾਰਤ ਦੇ ਸੰਵਿਧਾਨ ਦੀ ਤੇ ਆਮ ਲੋਕਾਂ ਦੀ ਜਿੱਤ ਹੈ ਕਿ ਜਿੱਥੇ ਅਸੀਂ ਇੱਕ ਲੀਗਲ ਤਰੀਕੇ ਨਾਲ ਜੋ ਕਿ ਜ਼ਹਿਰ ਫੈਲਾ ਰਹੀ ਹੈ ਉਹਦੇ ਖਿਲਾਫ ਜਾ ਕੇ ਲੜਾਈ ਲੜ ਕੇ, ਤੇ ਟਵਿੱਟਰ ਨੇ ਸਾਡੀ ਗੱਲ ਮੰਨੀ ਤੇ ਹੁਣ ਅਸੀਂ ਕਾਨੂੰਨੀ ਲੜਾਈ ਅੱਗੇ ਵਧਾਵਾਂਗੇ, ਆਪਣੀ ਕ੍ਰਿਮੀਨਲ ਕੰਪਲੇਂਟ ਫਾਈਲ ਕਰਾਂਗੇ। ਡੈਫੇਮੇਟਰੀ ਸਟੇਟਮੈਂਟ ਹੈਗੀ ਹੈ, ਇੱਦਾਂ ਦੀ ਸਟੇਟਮੈਂਟ ਕੋਈ ਕਿਸੇ ਨੂੰ
ਟੈਰਰਿਸਟ ਬਿਨਾਂ ਤੱਥਾਂ ਤੋਂ ਨਹੀਂ ਕਹਿ ਸਕਦਾ। ਜੇ ਉਹਦੇ ਕੋਲ ਤੱਥ ਹੈਗੇ ਨੇ ਤੇ ਲੈ ਕੇ ਆਵੇ, ਜੇ ਨਹੀਂ ਹੈਗੇ ਮਾਫੀ ਮੰਗੇ ਤੇ ਕਾਨੂੰਨ ਦੇ ਅਧੀਨ ਉਹਦੇ ਖਿਲਾਫ ਕਾਰਵਾਈ ਹੋਵੇ। ਧੰਨਵਾਦ।